ਸਲਾਮ ਅਲੈਕੁਮ ਤੁਸੀਂ ਦੇਖ ਰਹੇ ਹੋ ਨੋਬੀ ਲਾਈਫ ਮੈਂ ਅਬਦੁਲ ਹਮੀਦ ਅਤੇ ਕੀ ਹਾਲ ਚਾਲ ਹੈ ਠੀਕ ਠਾਕ ਹੋ ਅਤੇ ਜਿੰਨੇ ਵੀ ਸਾਨੂੰ ਸਰਦਾਰ ਭਰਾ ਦੇਖ ਰਹੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਨਾ ਸਾਰੇ ਖੁਸ਼ ਬਾਸ਼ ਹੋ ਗਏ ਅਤੇ ਅੱਜ 29 ਰਮਜ਼ਾਨ ਹੈ ਅਤੇ ਬੜੀ ਇੱਕ ਸੈਡ ਨਿਊਜ਼ ਹੈ ਕੱਲ੍ਹ ਹੀ ਤੁਸੀਂ ਆਪ ਹੀ ਦੇਖੀ ਕਿ ਪੀ ਆਈ ਏ ਤਿਆਰਾ ਜਿਹੜਾ ਦੇ ਕੇ ਅਤੇ ਤਬਾਹ ਹੋ ਗਿਆ ਅਤੇ ਅੱਜ ਦੀ ਵੀਡੀਓ ਉਸ ਬਾਰੇ ਦੇ ਵਿੱਚ ਹੀ ਹੈ ਅਤੇ ਯਾਰ ਤੁਸੀਂ ਕੁਝ ਸਮਝਦਾਰ ਹੋ ਵੀ ਇਹ ਕੋਈ ਮੈਂ ਚੌਥਾ ਕੁ ਤੀਸਰਾ ਚੌਥਾ ਵਾਕਿਆ ਹੋ ਗਿਆ ਵੀ ਪੀ ਆਈ ਏ ਤਿਆਰ ਇੱਕ ਵਾਰੀ ਇਸ ਤੋਂ ਦੋ ਕੁ ਸਾਲ ਮੈਂ ਪਹਿਲਾਂ ਦੀ ਗੱਲ ਜਨੇਰ ਜਮਸ਼ੇਰ ਸਾਹਿਬ ਦਾ ਜਿਹੜਾ ਵੀ ਹਾਦਸਾ ਹੋਇਆ ਸੀ ਉਹਦੇ ਵਿੱਚ ਵੀ ਪੀ ਆਈ ਏ ਦੀ ਤਿਆਰਾ ਤਬਾਹ ਹੋ ਗਿਆ ਸੀ ਅਤੇ ਉਹਦਾ ਹੀ ਇੱਕ ਪਹਿਲਾਂ ਇੰਜਨ ਖਰਾਬ ਸੀ ਅਤੇ ਉਹ ਦੂਸਰਾ ਵੀ ਖਰਾਬ ਹੋ ਸਕਦਾ ਚੱਲਦਿਆਂ ਅਤੇ ਇਹਦਾ ਵੀ ਜਿਹੜੀ ਸੁਣਨ 'ਚ ਖਬਰ ਨਿਕਲਦੀ ਹੈ ਵੀ ਇਹਦਾ ਵੀ ਪਹਿਲਾਂ ਹੀ ਇੱਕ ਇੰਜਨ ਖਰਾਬ ਸੀ ਅਤੇ ਉਹਨੂੰ ਉਡਾ ਦਿੱਤਾ ਗਿਆ ਅਤੇ ਦੂਸਰਾ ਗਈ ਸਿਰਫ ਇੱਕ ਮਿੰਟ ਦੀ ਦੂਰੀ ਰਹਿ ਗਈ ਸੀ ਲੈਂਡਿੰਗ ਕਰਨ ਦੇ ਅਤੇ ਉਹ ਬੰਦ ਹੋ ਗਿਆ ਅਤੇ ਜ਼ਾਹਰੀ ਬਾਤ ਉਹਨੂੰ ਡਿੱਗਣਾ ਹੀ ਸੀ ਅਤੇ ਇਸ ਵਾਸਤੇ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਵੀ ਵਿਚਾਰੇ ਸ਼ਹੀਦ ਬੜੀ ਫੈਮਲੀਆਂ ਜਿਨ੍ਹਾਂ ਦੀ ਈਦ ਕਰਨ ਵਾਸਤੇ ਜਾ ਰਹੇ ਸੀ ਆਪਣੇ ਘਰਾਂ 'ਚ ਇੱਕ ਲੈਫਟੀਨੈਂਟ ਹਮਜ਼ਾ ਯੂਸਫ ਨੇ ਉਹ ਟ੍ਰੇਨਿੰਗ ਮੁਕੰਮਲ ਕਰਕੇ ਅਤੇ ਪਹਿਲੀ ਵਾਰੀ ਹਜੇ ਘਰ ਜਾ ਰਹੇ ਸਨ ਕੈਸੀ ਖੁਸ਼ੀ ਹੋਈ ਉਹ ਆਪਣੀ ਟ੍ਰੇਨਿੰਗ ਮੁਕੰਮਲ ਕਰਕੇ ਅਤੇ ਪਹਿਲੀ ਦਫਾ ਘਰ ਜਾ ਰਹੇ ਸਨ ਘਰਦਿਆਂ ਨੂੰ ਉਹਨਾਂ ਦੀ ਫੈਮਲੀ ਨੂੰ ਵੀ ਖੁਸ਼ੀ ਹੁੰਦੀ ਹੋਏਗੀ ਵੀ ਸਾਡਾ ਬੇਟਾ ਆ ਰਿਹਾ ਪਹਿਲੀ ਦਫਾ ਘਰ ਅਤੇ ਹੋਰ ਵੀ ਕਿੰਨੀਆਂ ਫੈਮਲੀਆਂ ਵਿੱਚ ਸ਼ਹੀਦ ਹੋਈਆਂ ਅਤੇ ਉਹਨਾਂ ਦੀ ਪੂਰੀ ਫੈਮਲੀ ਵਾਸਤੇ ਸਬਰ ਦੀ ਅਸੀਂ ਅਪੀਲ ਦੁਆ ਕਰਦੇ ਹਾਂ ਵੀ ਅੱਲਾ ਪਾਕ ਉਹਨਾਂ ਨੂੰ ਸਬਰ ਦੇ ਜਿੰਨੀਆਂ ਵੀ ਫੈਮਲੀਆਂ ਸ਼ਹੀਦ ਹੋਈਆਂ ਉਹਨਾਂ ਦੇ ਰਿਸ਼ਤੇਦਾਰ ਲਾਏ ਕੀਨ ਅਤੇ ਫੈਮਲੀ ਜਿਹੜੇ ਕਿ ਫਰਾਦ ਬਾਕੀ ਬੱਚੇ ਹਨ। ਦੂਸਰੀ ਗੱਲ ਤਾਂ ਇਕਰਾਰੂ ਹਸਨ ਜਿਹੜੇ ਨੇ ਐਂਕਰ ਨੇ ARY 'ਤੇ ਉਹ ਵੀ ਦੱਸ ਰਹੇ ਹਨ ਵੀ ਮੈਂ ਉਹਨਾਂ ਦੀ ਵੀਡੀਓ ਦੇਖੀ ਤੁਸੀਂ ਵੀ ਸ਼ਾਇਦ ਦੇਖੀ ਹੋਵੇਗੀ ਉਹ ਦੱਸ ਰਹੇ ਹਨ ਵੀ ਬਹੁਤ ਸਾਰੇ ਵੱਡੇ ਵੱਡੇ ਜਿਹੜੀਆਂ ਏਅਰਲਾਈਨ ਹਨ ਜਿਨ੍ਹਾਂ ਦੇ ਵਿੱਚ 300 400 500 ਤੱਕ ਵੀ ਜਹਾਜ਼ ਨੇ ਉਹਨਾਂ ਕੋਲ ਅਤੇ ਉਹਨਾਂ ਦੀ ਕਿੰਨੀ ਕਿੰਨੀ ਦੇਰ ਹੋ ਗਈ ਕੋਈ ਐਸਾ ਹੈ ਕਿ ਵਾਕਿਆ ਪੇਸ਼ ਨਹੀਂ ਆਇਆ ਅਤੇ ਪਾਕਿਸਤਾਨ ਦਾ ਹਰ 2 ਸਾਲ ਬਾਅਦ 3 ਸਾਲ ਬਾਅਦ ਇਸ ਤਰ੍ਹਾਂ ਹਾਦਸਾ ਪੇਸ਼ ਹੋ ਜਾਂਦਾ ਅਤੇ ਕਿਹਦੀ ਅਮਲੇ ਦੀ ਗਲਤੀ ਦੀ ਵਜ੍ਹਾ ਤਾਂ ਹੁੰਦੀ ਹੈ ਵੀ ਇੰਜਨ ਖਰਾਬ ਹੁੰਦਾ ਅਤੇ ਇੱਕ ਇੰਜਨ ਖਰਾਬ 2 ਜਹਾਜ਼ ਦੇ ਵਿੱਚ ਇੰਜਨ ਹੁੰਦੇ ਨੇ ਅਤੇ ਇਹ ਖਰਾਬ ਹੋਏਗਾ ਤੁਸੀਂ ਉਹਨੂੰ ਫਲਾਈ ਕਰਾ ਛੱਡਣਗੇ ਅਤੇ ਦੂਸਰਾ ਤਾਂ ਖਰਾਬ ਹੋਈ ਹੈ ਅਤੇ ਫਿਰ ਤਾਂ ਸਿੱਧੀ ਸਿੱਧੀ ਮੌਤ ਹੀ ਹੈ ਅਤੇ ਜੇ ਦੋਵੇਂ ਸਹੀ ਹੋਣ ਇੱਕ ਖਰਾਬ ਵੀ ਹੋਈ ਹੈ ਅਤੇ ਫਿਰ ਵੀ ਲੈਂਡਿੰਗ ਹੋਈ ਹੈ ਅਤੇ ਇਹਦਾ ਵੀ ਇੱਕ ਖਰਾਬ ਸੀ ਪਹਿਲਾਂ ਅਤੇ ਦੂਸਰਾ ਸਿਰਫ ਲੈਂਡਿੰਗ ਕਰਨ ਦੇ 1 ਮਿੰਟ ਰਹਿ ਗਿਆ ਸੀ ਦੇਖ ਲਓ ਅਤੇ 1 ਮਿੰਟ ਦੀ ਦੂਰੀ ਤੋਂ ਵਿਚਾਰਿਆਂ ਦੀ ਸਾਰੇ ਸ਼ਹੀਦ ਹੋ ਗਏ ਅਤੇ ਅੱਲਾ ਉਹਨਾਂ ਨੂੰ ਜਨਰਲ ਫਰਦੋਸ ਚਲਾ ਮੁਕਾਮ ਅਤਾ ਫਰਮਾਏ ਅਤੇ ਹੋਰ ਵੀ ਜਿਹੜੇ ਫੈਮਲੀ ਉਹਨਾਂ ਦੀ ਉਹਨਾਂ ਨੂੰ ਵੀ ਸਬਰ ਅਤਾ ਫਰਮਾਏ ਅਤੇ ਅਸੀਂ ਪ੍ਰਾਈਮ ਮਿਨਿਸਟਰ ਪਾਕਿਸਤਾਨ ਇਮਰਾਨ ਖਾਨ ਅੱਗੇ ਅਪੀਲ ਕਰਦੇ ਹਾਂ ਤੁਸੀਂ ਵੀ ਇਹ ਜ਼ਿਆਦਾ ਤੋਂ ਜ਼ਿਆਦਾ ਕਰੋ ਵੀ ਇਹ ਪੂਰੀ ਤਹਿਕੀਕਾਤ ਕੀਤੀ ਜਾਏ ਜਿਹਦੀ ਸਰਬਰਾਨ ਨੇ ਉਹਨਾਂ ਨੇ ਸਜ਼ਾ ਦਿੱਤੀ ਜਾਏ। ਕਰਾਊਰ ਹਸਨ ਭਾਈ ਵੀ ਆਹੀ ਆ ਵੀਡੀਓ ਮੈਂ ਉਹਨਾਂ ਦੀ ਵੀ ਦੇਖੀ ਉਹਨਾਂ ਵੀ ਇਹ ਆਖਿਆ ਵੀ ਅੱਜ ਤੱਕ ਸਹੀ ਰਿਪੋਰਟ ਨਹੀਂ ਆਈ ਜਾਂ ਸਹੀ ਕਿਸੇ ਨੂੰ ਸਜ਼ਾ ਹੀ ਨਹੀਂ ਮਿਲੀ ਵੱਡੇ ਅਮਲੇ ਨੂੰ ਅੱਗੋਂ ਸਜ਼ਾ ਮਿਲੇ ਅਤੇ ਇਹੋ ਜਿਹਾ ਹਾਦਸਾ ਨਾ ਪੇਸ਼ ਆ ਜਿਹਦੀ ਵੀ ਗਫਲਤ ਆਈ ਆ ਜਿੰਨੇ ਵੀ ਉਹਨਾਂ ਨੂੰ ਪਤਾ ਇੱਕ ਇੰਜਨ ਖਰਾਬ ਹੈ ਦੂਸਰਾ ਵੀ ਕਿਸੇ ਲਈ ਖਰਾਬ ਹੋ ਸਕਦਾ ਤਾਂ ਉਹਨਾਂ ਨੂੰ ਜਹਾਜ਼ ਫਲਾਈ ਹੋਈ ਜਾਏਗਾ ਅਤੇ ਜਦੋਂ ਦੂਸਰਾ ਵੀ ਇੰਜਨ ਖਰਾਬ ਹੋ ਗਿਆ ਤਾਂ ਫਿਰ ਸਿੱਧੀ ਸਿੱਧੀ ਮੌਤ ਆ ਸੜਕ 'ਤੇ ਤਾਂ ਹੈ ਕੋਈ ਨਹੀਂ ਜਹਾਜ਼ ਜਿਹੜਾ ਉੜਦਾ ਜਾਣਦੇ ਆ ਅਤੇ ਉਹਨੇ ਡਿਕਲੇਅਰ ਰੁਕ ਜਾਏਗਾ ਇਹਦੇ ਤੋਂ ਤੁਸੀਂ ਜਾਣਦੇ ਉੜਦਾ ਕਿੰਨੀਆਂ ਬੁਲੰਦੀਆਂ 'ਚ ਅਤੇ ਅੱਜ ਦੀ ਵੀਡੀਓ ਇਸ ਵਾਸਤੇ ਇਹਦੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਮੇਰੀ ਵੀਡੀਓ ਬਲਕਿ ਸ਼ੇਅਰ ਕਰੋ ਜਿਹੜਾ ਵੀ ਕੋਈ ਨਵਾਂ ਦੋਸਤ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅਤੇ ਆਪਣੀ ਆਵਾਜ਼ ਉਠਾਓ ਵੀ ਜਿਹਦੀ ਗਲਤੀ ਹੈ ਗਫਲਤ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਅੱਗੋਂ ਤਾਂ ਨਾ ਹੈ ਕਿ ਹਾਦਸਾ ਪੇਸ਼ ਹੋਇਆ ਮੌਤ ਹਰ ਇੱਕ ਨੂੰ ਆਉਣੀ ਹੈ ਤੁਸੀਂ ਵੀ ਮਰਨਾ ਮੈਂ ਵੀ ਮਰਨਾ ਮੌਤ ਹਰ ਇੱਕ ਨੂੰ ਇਸ ਵਾਸਤੇ ਤਾਂ PIA ਸਾਰੇ ਜਾਣ ਲਿਆ ਮੈਂ ਖੁਦ ਵੀ ਕਿੰਨੇ ਮੁਲਕਾਂ ਵਿੱਚ ਟਰੈਵਲ ਕੀਤਾ 3-4 ਮੁਲਕਾਂ ਵਿੱਚ ਅਤੇ ਯਕੀਨ ਮੈਂ ਸਹੀ ਆਪ ਹੀ ਖੁਦ ਆਪਣਾ ਐਕਸਪੀਰੀਅੰਸ ਦੱਸ ਦਿਆਂ ਵੀ ਮੈਂ ਸਿਰਫ ਇੱਕੋ ਵਾਰੀ PIA ਦੀ ਫਲਾਈਟ ਲੈ ਗਿਆ ਜੀ ਉਹ ਫਸਟ ਟਾਈਮ ਗਿਆ ਸਾਂ ਅਤੇ ਉਸ ਤੋਂ ਬਾਅਦ ਮੈਂ ਦੇਖਿਆ ਕੋਈ ਬੰਦਾ ਲੈਣਾ ਨਹੀਂ ਪਸੰਦ ਕਰਦਾ PIA ਦੀ ਟਿਕਟ ਨੂੰ ਕਿਉਂ ਇਹੀ ਵਜ੍ਹਾ ਨਾਲ ਕੋਈ ਖੌਫ ਅੱਜ ਵੀ ਮੈਂ ਬੜੇ ਬੰਦੇ ਨੇ ਪੁੱਛਿਆ ਵੀ ਤੂੰ ਕਦੀ ਅੱਜ ਤੱਕ PIA ਦੀ ਫਲਾਈਟ 'ਤੇ ਆਇਆ ਤਾਂ ਉਹਨੇ ਕਿਹਾ ਨਹੀਂ ਮਾਜੀ ਤੱਕ ਆਇਆ ਹੀ ਨਹੀਂ ਕਦੀ ਟਿਕਟ ਨਹੀਂ ਲਈ PIA ਮੈਂ ਕਿਉਂ ਇਹੀ ਯਾਰ ਉਹ ਖਰਾਬ ਹੋ ਜਾਂਦੇ ਨੇ ਅਤੇ ਖੌਫ ਹੀ ਰਹਿੰਦਾ ਇਸ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਮੇਰੀ ਸ਼ੇਅਰ ਕਰੇ ਜਿਹੜੀ ਹਕੂਮਤ ਦੀ ਆਵਾਨਾਂ ਤੱਕ ਪਹੁੰਚ ਸਕੇ ਅਤੇ ਇਹਦੀ ਸਹੀ ਤਰੀਕੇ ਨਾਲ ਤਹਿਕੀਕਾਤ ਕੀਤੀ ਜਾਏ ਅਤੇ ਜਿਹਦੀ ਵੀ ਗਲਤੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਅੱਗੋਂ ਤੋਂ ਕਮ ਸੇ ਕਮ ਕਿਸੇ ਹੀ ਜਾਨ ਬਚ ਮੌਤ ਤਾਂ ਹਰ ਇੱਕ ਨੂੰ ਹੋਣੀ ਹੈ ਲੇਕਿਨ ਇਹ ਜਿਹੜੀਆਂ ਵਿੱਚ ਮੌਤਾਂ ਹੋਈਆਂ ਨੇ ਕਿੰਨੇ ਵਿਚਾਰੇ ਈਦ ਘਰ ਗੁਜ਼ਾਰਨ ਜਾਣ ਅਤੇ ਕਿਦੋਂ ਕਿੰਨੀਆਂ ਪੂਰੀ ਪੂਰੀ ਫੈਮਲੀ 20 ਬੱਚਿਆਂ ਸਮੇਤ ਵਿਚਾਰੇ ਸ਼ਹੀਦ ਹੋ ਗਏ ਨੇ ਅਤੇ ਜਿਹਦੀ ਵੀ ਗਲਤੀ ਹੈ ਉਹਨੂੰ ਸਜ਼ਾ ਮਿਲੇ
तो ठीक है फिर वीडियो काफ़ी लंबी हो गई तो अज अस यही थोड़े नाल डिस्कस करनी सी तो ज़्यादा दो तो मेरे चैनल सबसक्राइब करो तो अगर तो ज़्यादा से ज़्यादा मेरी वीडियो शेयर करो ता कि जिनी भी गलती है उन्होंने तुसी भी आवाज़ उठाओ तो जिनी भी गलती है हुकूमत के पहुँच सके आवाज़ थोड़ी भी मेरी भी तो सही तरीके तहकीकात की जाए छानबीन की जाए जिनी भी गलती है तो उन्होंने सजा मिली जाए तो अगो तो इस तरह हादसा ना पेश आए तो ज़्यादा चाहना फिर इंशाल्लाह होर गई भी वीडियो बनाई तो फिर तुम गपशप लाँगे तो ज़्यादा तो अल्लाह हाफिज़।